ਬਾਲੀਵੁੱਡ ਦੇ ਮਸ਼ਹੂਰ ਐਕਟਰਸ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਖਾਨ ਇੱਕ ਵਾਰੀ ਫੇਰ ਤੋਂ ਵੱਡੇ ਪਰਦੇ ਤੇ ਆਪਣੀ ਅਦਾਕਾਰੀ ਦਾ ਜੌਹਰ ਵਿਖਾਣ ਆ ਰਹੇ ਨੇ। ਉਹਨਾਂ ਦੀ ਇਹ ਆਉਣ ਵਾਲੀ ਫਿਲਮ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਹੇਠ ਰਿਲੀਜ਼ ਕੀਤੀ ਜਾਵੇਗੀ ਅਤੇ ਇਸ ਫਿਲਮ ਵਿੱਚ ਕਰੀਨਾ ਕਪੂਰ ਅਕਸ਼ੇ ਕੁਮਾਰ ਦੀ ਧਰਮ ਪਤਨੀ ਦਾ ਰੋਲ ਨਿਭਾਉਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਹ ਦੋਨੋਂ ਅਦਾਕਾਰ ਕੰਬਖਤ ਇਸ਼ਕ, ਗੱਬਰ ਇਜ਼ ਬੈਕ ਅਤੇ ਰਾਊਡੀ ਰਾਠੌਰ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ ਪਿਛਲੀ ਦੋ ਮੂਵੀਆਂ ਵਿੱਚ ਕਰੀਨਾ ਕਪੂਰ ਦਾ ਕੈਮੀਓ ਰੋਲ ਸੀਗਾ। ਆਉਣ ਵਾਲੀ ਇਸ ਨਵੀਂ ਫਿਲਮ ਵਿੱਚ ਦੋ ਕਪਲਸ ਦੀਆਂ ਜ਼ਿੰਦਗੀ ਦਰਸਾਈ ਜਾਏਗੀ, ਜਿਸ ਵਿੱਚ ਉਹ ਫੈਮਿਲੀ ਪਲੈਨਿੰਗ ਵਿੱਚ ਰੁੱਝ ਜਾਂਦੇ ਹਨ। ਪਹਿਲੀ ਜੋੜੀ ਤਾਂ ਤੁਹਾਨੂੰ ਪਤਾ ਲੱਗ ਹੀ ਚੁੱਕੀ ਹੈ ਕਿ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਖਾਨ, ਅਤੇ ਜਿਹੜੀ ਦੂਜੀ ਜੋੜੀ ਇਸ ਫਿਲਮ ਵਿੱਚ ਨਜ਼ਰ ਆਵੇਗੀ ਉਹ ਹੈ ਜੀ ਪ੍ਰੋਮੀਨੈਂਟ ਪੰਜਾਬੀ ਐਕਟਰ ਸਿੰਗਰ ਦਲਜੀਤ ਦੋਸਾਂਝ ਦੀ ਅਤੇ ਐਕਟਰੈਸ ਕਿਆਰਾ ਅਡਵਾਨੀ ਦੀ। ਜਿੱਥੇ ਇੱਕ ਪਾਸੇ ਦਲਜੀਤ ਦੋਸਾਂਝ ਦੀ ਹਾਲ ਵਿੱਚ ਰਿਲੀਜ਼ ਹੋਈ ਫਿਲਮ ਸੂਰਮਾ ਬਾਕਸ ਆਫਿਸ 'ਤੇ ਖੂਬ ਧਮਾਲਾਂ ਪਾ ਰਹੀ ਹੈ, ਉੱਥੇ ਹੀ ਕਿਆਰਾ ਅਡਵਾਨੀ ਨੇ ਆਪਣਾ ਬਾਲੀਵੁੱਡ ਡੈਬਿਊ 2014 ਹਿੱਟ ਮੂਵੀ ਫਗਲੀ ਨਾਲ ਕੀਤਾ ਸੀਗਾ। ਕਿਆਰਾ ਅਡਵਾਨੀ ਹਿੰਦੀ ਅਤੇ ਤੇਲਗੂ ਫਿਲਮ ਦੀ ਇੱਕ ਮਸ਼ਹੂਰ ਅਦਾਕਾਰਾ ਹਨ, ਜਿਨ੍ਹਾਂ ਨੇ MS ਧੋਨੀ ਦੀ ਬਾਇਓਪਿਕ ਵਿੱਚ ਵੀ ਇੱਕ ਅਹਿਮ ਕਿਰਦਾਰ ਨਿਭਾਇਆ ਹੋਇਆ ਹੈ। ਫਿਲਹਾਲ ਇਹ ਨਿਊਜ਼ ਤਾਂ ਇੱਥੇ ਹੀ ਮੁੱਕਦੀ ਹੈ, ਅਤੇ ਜੇਕਰ ਤੁਸੀਂ ਬਾਲੀਵੁੱਡ ਅਤੇ ਬਾਲੀਵੁੱਡ ਦੀ ਦੁਨੀਆ ਤੋਂ ਜੁੜੀਆਂ ਹੋਰ ਇਹੋ ਜਿਹੀਆਂ ਛੋਟੀਆਂ ਵੱਡੀਆਂ ਖਬਰਾਂ ਵੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ gabru.com ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਲੇਟੈਸਟ ਅਪਡੇਟਸ ਲਈ ਥੱਲੇ ਦਿੱਤੇ ਗਏ ਬੈੱਲ ਆਈਕਨ ਨੂੰ ਵੀ ਕਲਿੱਕ ਕਰਨਾ ਨਾ ਭੁੱਲਿਓ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।